ਸਤਿ ਸ਼੍ਰੀ ਅਕਾਲ ਪਿਆਰੇ ਸਾਥੀਓ, ਅੱਜ ਇੱਕ ਹੋਰ ਨਵੀਂ ਅਪਡੇਟ ਹੈ ਜੋ ਤੁਹਾਡੇ ਨਾਲ ਮੈਂ ਸਾਂਝੀ ਕਰਨ ਜਾ ਰਿਹਾ। ਇਹ ਅਪਡੇਟ ਜੋ ਹੈ EGS ਵਲੰਟੀਅਰ ਦੇ ਲਈ ਹੈ। ਕੀ ਲਿਖਿਆ, ਜੋ 2364 ਮਾਸਟਰ ਕੈਡਟ ਪੋਸਟਾਂ ਸੀ ਉਹਦੇ ਵਿੱਚ ਸ਼ੋਧ ਪੱਤਰ ਕੀਤਾ ਗਿਆ ਸੀ 11/11/2020 ਨੂੰ। ਸਿੱਖਿਆ ਪ੍ਰੋਵਾਈਡਰ, ਐਜੂਕੇਸ਼ਨ ਪ੍ਰੋਵਾਈਡਰ, ਐਕਸੈਸ਼ਨ ਵਲੰਟੀਅਰ, EGS ਵਲੰਟੀਅਰ, AES ਵਲੰਟੀਅਰ ਅਤੇ SCR ਵਲੰਟੀਅਰ, ਇਹਨਾਂ ਨੂੰ ਛੋਟ ਦਿੱਤੀ ਗਈ ਸੀ। ਉਹਨਾਂ ਵਿੱਚ ਦੱਸਿਆ ਜਾਂਦਾ ਹੈ ਕਿ ਉਹ ਆਪਣਾ ਜੋ ਤਜਰਬਾ ਸਰਟੀਫਿਕੇਟ ਹੈ, ਉਹਨਾਂ ਦੱਸਿਆ ਕਿ ਐਕਸਪੀਰੀਅੰਸ ਦੇ ਨੰਬਰ ਮਿਲਣਗੇ। ਜੋ ਤਜਰਬਾ ਸਰਟੀਫਿਕੇਟ ਹੈ ਆਪਣੇ ਸੰਬੰਧਿਤ ਜ਼ਿਲ੍ਹੇ ਦੇ ਜ਼ਿਲ੍ਹਾ ਸਿੱਖਿਆ ਅਫਸਰ, ਜੋ ਐਲੀਮੈਂਟਰੀ ਦਾ ਜੋ DO ਹੈ ਉਹ ਤੋਂ ਉਹਨਾਂ ਨੇ ਅਟੈਸਟਡ ਕਰਾਉਣਾ, ਨਾਲ 29 ਪਰਫੋਰਮਾ ਭਰਵਾ ਕੇ ਨਿਰਧਾਰਿਤ ਸਕਰੂਨਟੀ ਜੋ ਦੀ ਸਕਰੂਨਟੀ ਦੀ ਜੋ ਮਿਤੀ ਹੈ ਉਹਦੇ ਵਿੱਚ ਪੇਸ਼ ਕਰਨਗੇ। ਠੀਕ ਹੈ, ਤੋ ਇਹਦਾ ਜੋ ਉਮੀਦਵਾਰਾਂ ਤੋਂ ਲਿਖਤੀ ਟੈਸਟ ਜੋ ਲੈਣਾ ਹੈ 29/11/2020 ਵਿੱਚ ਅਪੀਅਰ ਹੋਏ ਹਨ, ਉਹ ਆਪਣਾ ਤਜਰਬਾ ਸਰਟੀਫਿਕੇਟ ਸੰਬੰਧਿਤ ਸਿੱਖਿਆ ਅਫਸਰ ਤੋਂ ਆਪਣੇ ਨਿਯਮਾਂ ਦੇ ਹਿਸਾਬ ਨਾਲ ਕਰਵਾ ਸਕਦੇ ਨੇ। ਸੋ ਇਹ ਤੁਸੀਂ ਦੇਖ ਸਕਦੇ ਹੋ, ਇਹ ਬੇਸਿਕਲੀ ETT ਦੀਆਂ ਪੋਸਟਾਂ ਦੇ ਰਿਗਾਰਡਿੰਗ ਹੈ। ਅਤੇ ETT ਦਾ ਜੋ ਪੇਪਰ ਹੋਇਆ ਸੀ 29/11 ਨੂੰ, ਉਹਨਾਂ ਦੇ ਜਿਹੜੇ ਵੀ ਸਿਲੈਕਟਡ ਹੋਣਗੇ ਕੈਂਡੀਡੇਟ, ਉਹਨਾਂ ਨੂੰ ਇਹ ਪਰਫੋਰਮਾ ਭਰ ਕੇ ਦੇਣਾ ਪਵੇਗਾ। ਜਿਹਨਾਂ ਦਾ ਮੈਰਿਟ 'ਚ ਨਾ ਆਏਗਾ ਉਹਨਾਂ ਨੂੰ ਅਟੈਸਟਡ ਕਰਵਾ ਕੇ ਐਲੀਮੈਂਟਰੀ DO ਤੋਂ ਜਿੱਥੇ ਵੀ ਉਹ ਕੰਮ ਕਰ ਰਹੇ ਨੇ, ਇਹਦੇ ਵਿੱਚ ਲਿਖਿਆ ਜਾਂਦਾ ਹੈ। ਇਹ ਪਰਫੋਰਮਾ ਤੁਹਾਨੂੰ ਦਿਖਾ ਰਿਹਾ, ਇਹ ਤੁਸੀਂ ਧਿਆਨ ਨਾਲ ਦੇਖ ਲਓ। ਇਹਦੇ ਵਿੱਚ ਤੁਹਾਡਾ ਨਾਂ ਆਏਗਾ, ਫਾਦਰ ਨੇਮ ਆਏਗਾ, ਕਿਹੜੀ ਪੋਸਟ 'ਤੇ ਕੰਮ ਕਰ ਰਹੇ, ਕਿਹੜੇ ਜ਼ਿਲ੍ਹੇ 'ਚ ਕੰਮ ਕਰ ਰਹੇ ਹੋ, ਅਤੇ ਨੀਚੇ ਕਿਸ ਮਿਤੀ ਤੋਂ ਕਿਸ ਮਿਤੀ ਤੱਕ ਸਾਲ ਦਾ ਵੇਰਵਾ ਦਿੱਤਾ ਗਿਆ, 4-5 ਸਾਲ ਜਿੰਨਾ ਵੀ ਬਣਦੀ ਹੈ। ਕੁੱਲ ਐਕਸਪੀਰੀਅੰਸ ਇੱਥੇ ਆਏਗਾ, ਇੱਥੇ DO ਦੇ ਪੂਰੇ ਸਾਈਨ ਆਏਗੇ, ਇੱਥੇ ਉਹਦੀ ਜੋ ਮੋਹਰ ਆਏਗੀ। ਤੋ ਇਹ ਤੁਸੀਂ ਭਰਵਾ ਕੇ ਕਰਵਾਉਣਾ ਹੈ, ਵਿਦ ਸਟੈਂਪ ਇਹ ਅਪਰੂਵ ਹੋਏਗਾ। ਜਿਹੜੇ ETT ਦੀਆਂ ਪੋਸਟਾਂ 'ਚ ਸਿਲੈਕਟ ਹੋਣਗੇ ਉਹਨਾਂ ਨੂੰ ਇਹ ਪਰਫੋਰਮਾ ਭਰ ਕੇ ਦੇਣਾ ਪਵੇਗਾ, ਅਤੇ ਇਹ ਸਮੇਂ ਰਹਿੰਦੇ ਇਹਨੂੰ ਤੁਸੀਂ ਜ਼ਰੂਰ ਪ੍ਰੋਵਾਈਡ ਕਰਵਾ ਦੇਣਾ, ਆਪਣੇ ਕੋਲ ਰੱਖ ਲਓ। ਜਿਹਨਾਂ ਨੂੰ ਉਮੀਦ ਹੈ ਕਿ ਉਹਨਾਂ ਦਾ ਟੈਸਟ ਕੁਆਲੀਫਾਈ ਹੋ ਸਕਦਾ, ਜੋ ਸਕਰੂਨਿਟੀ ਦਾ ਜਦੋਂ ਡੇਟ ਪਾਏਗੀ ਤੁਹਾਨੂੰ ਇਹ ਜਮ੍ਹਾਂ ਕਰਵਾਉਣਾ ਪਵੇਗਾ। ਅਤੇ ਬਿਲਕੁਲ ਇੱਕ ਜ਼ਰੂਰੀ ਜਾਣਕਾਰੀ ਸੀ, ਇਸ ਲਈ ਮੈਂ ਤੁਹਾਨੂੰ ਇਹ ਦੱਸਿਆ। ਇਸ ਲਈ ਜ਼ਿਆਦਾ ਤੋਂ ਜ਼ਿਆਦਾ ਵੀਡੀਓ ਜ਼ਰੂਰ ਸ਼ੇਅਰ ਕਰ ਦੇਣਾ, ਤਾਂ ਕਿ ਤੁਹਾਨੂੰ ਸਾਰਿਆਂ ਨੂੰ ਫਾਇਦਾ ਹੋ ਸਕੇ ਅਤੇ ਸਮੇਂ ਰਹਿੰਦੇ ਉਹ ਇਹਨਾਂ ਨੂੰ ਭਰ ਸਕਣ। ਧੰਨਵਾਦ। ਤੋ ਵੀਡੀਓ ਚੰਗਾ ਲੱਗਿਆ ਹੋਇਆ ਤਾਂ ਜ਼ਿਆਦਾ ਤੋਂ ਜ਼ਿਆਦਾ ਜ਼ਰੂਰ ਸ਼ੇਅਰ ਕਰ ਦੇਣਾ, ਚੈਨਲ ਸਬਸਕ੍ਰਾਈਬ ਕਰ ਦੇਣਾ, ਬੈਲ ਆਈਕਨ ਪ੍ਰੈਸ ਕਰ ਦੇਣਾ, ਤਾਂ ਕਿ ਆਉਣ ਵਾਲੇ ਸਾਰੇ ਵੀਡੀਓ ਤੁਹਾਨੂੰ ਮਿਲ ਸਕਣ। ਧੰਨਵਾਦ।